ओ हेलो किधर मुंह चुकया इत दुध नहीं मिलता दुध आली डायरी ना उन्हें बैक साइड कर ली तुसी ना उथे जायो अच्छा उथे टक्कर मार के गलास मशा मिलता सुख नाल इत बे ने फैक्ट्री लाई पी है हम तो इतने डेरे लावे चूंडी ग्रिड च लैट आ गई हाय हाय कहो जो लोग ने देखिए किन्नी भी इतनी भूल गया जरदा मांग मसल के भी दो मैं लंबी डॉक्टर नहीं आई है कुमारी है अच्छा कितने जा गई कोई मेरे साया राणे डेरी च आ गई उन्हें ले ली डेरी उत्थे आई है दुध नाल की है दुध नाल की चल सुकर आई है जवाक पलन वाली आ गई उई नजर से भड़कते फिर दी मेरे साया जम तो लै पहला कली बिना जरदा किवें बनू भोलिया चल लेइए फिर डोला तेरे बाई दा सांझी रखांगे सांझी मेरे साले अद्धा पिंड मार रहे थले उतर के चलो ब्रेक दबे जाते ने लत्तां दा खत बने अपनियां ट्राली च ले आंदे आ जा आ जा दर्द बढ़ गया मेरे पूछ के बजा पूछ के देखो जी बंदा तो डग गया पड़िया क्या बड़ा औखा है तू उठ पे मड़े उठ के कोले हो जा कोले ला जा देखो जी माड़ा जा इतने पता नहीं की जो हुई जाता चित जा घू मऊ जे करी जाता कागज जो हों कोई गल नहीं तुसी काम हो जाओ मैं तेन हूने कर दिया चेक थोड़ा कोल आ जाओ मेरे कितने होंगे दर्द इतने जी ना जी ना उरा नू उरा नू थोड़ा जा इतने ना जी थोड़ा जा उरा नू हाँ जी इतने जी तुसी ना थोड़ा होर अगे आ जाओ डॉक्टर साहब डॉक्टर साहब गल पता की है मैं लगता भी कितने कितने प्रॉब्लम आ रही है गल तो हो रहा है सही नहीं हो रहा है ये पता नहीं क्यों मैं फर्क लग रहा है कि हाँ डॉक्टर तुसी हो कि मैं जे इलाज कराना तो चुप करके बैठ जाओ नहीं जा सकते तुसी ओए कदे आइसक्रीम ते बैठ पई देखी है ना ओ देख सामने जमा हुई कुछ है फायर पा देखी दे हां जी मीतो भाभी जी बस ही बस हूँ खड़ जाओ परा हो जाओ हूँ मैं जान दो ठीक है मैं बस परा हो जाओ ठीक भी हो गई
ਨਾ ਜਿਹੜੇ ਪੈਸੇ ਪੂਸੇ ਪੈਂਦੇ ਨੇ ਮੇਰੇ ਖਾਤੇ 'ਚ ਲਿਖ ਦਿਓ। ਪਰ ਮੈਂ ਤਾਂ ਅਜੇ ਤੁਹਾਨੂੰ ਦਵਾਈ ਵੀ ਨਹੀਂ ਦਿੱਤੀ। ਬੜੇ ਅਜੀਬ ਲੋਕ ਨੇ। ਹਾਂ ਤਾਂ ਠੀਕ ਹੈ ਜਮਾ ਨਾ, ਹਾਂ ਤਾਂ ਸਾਰ ਜਮਾ ਘਰ ਦੇ ਜਾਣ ਸਾਰੇ ਬੰਦੇ ਨੇ। ਓਏ ਗੱਲ ਸੁਣ ਕੇ ਜਾਈ, ਪਹਿਲਾਂ ਆਪਦੇ ਵਾਲ ਦਾ ਸਾਂਭ ਲੈ, ਫੋਲ ਪਾਸੇ ਫੇਰ ਮੂੰਹ ਮਾਰਨੇ ਤੂੰ। ਸਾਰਿਆ ਪਹਿਲਾਂ ਕੱਲ ਵਾਲਾ ਬੇਲਣਾ ਸਾਡੇ ਕੋਲੋਂ ਚੱਕ ਕੇ ਲੈ ਜਾ, ਉੱਧਰ ਹੀ ਪਿਆ ਜੇ ਹੈ ਜਿਹਦੇ ਪਿੱਛੇ ਤੂੰ ਪੂਛ ਮਾਰਦਾ ਫਿਰਦਾ ਨਾ, ਤੇਰੇ ਵਰਗੀ ਕਹਿੰਦੀ ਤੇ ਝਾਕਦੀ ਵੀ ਨਹੀਂ। ਆਹਾ ਜੇ ਪਿੱਛੇ ਨਾ ਬਿਠਾਈਗਾ ਨਾ ਮੈਨੂੰ ਵੀ ਜੈਬਾ ਨਾ ਜੋ ਤੁਸੀਂ। ਮੇਰਿਆ ਸਾਰਿਆ ਪਹਿਲਾਂ ਆਪਦੇ ਦਾ ਬਿਠਾ ਲਓ, ਉਹ ਤਾਂ ਬੱਸਾਂ ਦੇ ਧੱਕੇ ਖਾਧੀ ਜਾਂਦੀ ਹੈ। ਮੈਂ ਦੇਖੇ ਨਵਾਂ ਵਾਲੇ ਚੜ੍ਹਦੀ ਹੁੰਦੀ ਹੈ, ਹਸਾਉਂਦਾ ਮੈਂ ਪਿੰਡ ਦੀ ਕੁੱਤੀ ਬੇਹਦਰ ਮਗਰ ਕੋਈ ਗੱਲਾਂ ਕਹਿ ਕਰਦੇ। ਚੱਲ ਕੋਈ ਨਾ ਫਿਰ ਦੇਖ ਲਾਂਗੇ। ਜਿਹੜੀ ਤੀਵੀ ਦੇ ਕੋਲ ਲੱਗ ਗਈ ਨਾ ਉਹ ਤਾਂ ਨੌਕਰੀ ਛਡਾ ਦਿੰਦਾ। ਏਦਾਂ ਨਭਾ ਕੇ ਸਾਲਾ ਗਿਰਿਆ ਹੋਇਆ ਜਮਾ, ਤਾਂ ਹੀ ਤਾਂ ਹੁਣ ਤੱਕ ਸਾਡੇ ਦਾ ਵਿਆਹ ਨਹੀਂ ਹੋਇਆ, ਕਿਸੇ ਨੇ ਕੁੜੀ ਦਿੱਤੀ ਨੀ ਉਹਨੂੰ। ਪਰ ਵਿਆਹ ਤਾਂ ਮੈਨੂੰ ਤੇਰਾ ਵੀ ਨਹੀਂ ਹੋਇਆ ਲੱਗਦਾ, ਤੂੰ ਤਾਂ ਆਪ ਖਾਧਾ ਪਿਆ, ਤੈਨੂੰ ਕੁੜੀ ਕੌਣ ਦੇ ਦੂ। ਮੇਰੇ ਵਰਗੀ ਕਿਹੜਾ ਰੋਜ਼ ਰੋਜ਼ ਜਾਣਦੇ ਨੇ, ਨਾਲੇ ਮੈਨੂੰ ਤਾਂ ਪੰਡਿਤ ਨੇ ਦੱਸਿਆ ਹੋਇਆ ਜਿਹੜੀ ਮੇਰੇ ਕਰਮਾਂ 'ਚ ਲਿਖੀ ਹੋਈ ਹੈ ਨਾ ਉਹ ਤਾਂ ਲੋਕਾਂ ਦੇ ਟੀਕੇ ਲਾਇਆ ਕਰੂ। ਹਾਂ ਜਿੱਦਣ ਮਿਲ ਗਈ ਮੁੜ ਕੇ ਸਵਰਗਾਂ ਦੀ ਸੈਰ ਕਰੂ, ਸਵਰਗਾਂ ਦੀ। ਮੈਨੂੰ ਵੀ ਚੂੰਟੀ ਕਿਸੇ ਗੱਲ ਤੋਂ ਨੀ ਕਹਿੰਦੇ, ਤੇ ਇਹਦਾ ਮੈਂ ਲਵਾਉਣਾ ਟੀਕਾ। ਸੁਣ ਗਿਆ, ਪੱਲੇ ਨਾਲ ਬੰਨ ਲਿਓ ਟਾਈਮ ਵੀ ਬਹੁਤ ਹੋ ਗਿਆ, ਹੁਣ ਤਾਂ ਕੋਈ ਬੱਸ ਵੀ ਨੀ ਮਿਲਣੀ। ਅੱਜ ਤਾਂ ਫਿਰ ਮੇਰੇ ਚੇਤ ਕਿਤੇ ਜਾਊ। ਹਾਏ ਵੇ, ਆ ਤਾਂ ਸਵਾਦ ਆ ਗਿਆ ਵੀ ਅੱਜ ਮੈਂ ਛੱਡ ਕੇ ਆਊ। ਨੀ ਕਿੱਥੇ ਆ ਵੇ? ਹਾਂ ਸਕੂਟਰ ਕਿੱਥੇ ਆ? ਉਹ ਤਾਂ ਗਾਲਾ ਲੈ ਕੇ ਗਿਆ, ਕਹਿੰਦਾ ਨੀ ਬੀਬੀ ਨੂੰ ਦਵਾਈ ਦਵਾਉਣੀ ਹੈ। ਬੀਬੀ ਨੂੰ ਦਵਾਈ? ਤੂੰ ਕਿੱਥੇ ਬੰਦਾ ਸਕੂਟਰ ਤੇ ਵੇ, ਭੌਂਕਦਾ ਨੀ ਹੁਣ। ਮੇਰੀ ਚੂੰਟੀ ਵੱਢ ਗਿਆ। ਦੇਖੋ ਉਵੇਂ ਡਰੀਆਂ ਜਿਵੇਂ ਤੁਹਾਡੇ ਤੋਂ, ਹਨਾ ਵੀ ਜਦੋਂ ਤੁਹਾਨੂੰ ਮੇਰੇ ਵਿਆਹ ਬਾਰੇ ਪਤਾ ਲੱਗੂ ਹਨਾ ਵੀ ਕਿਤੇ ਤੁਸੀਂ ਮੇਰੇ ਨਾਲ ਬੋਲੋ ਨੀ ਨਾ ਹਟ ਜਾ। ਓਹੋ ਜੈਬਾ ਜੀ, ਪਿਆਰ ਚ ਸਭ ਕੁਛ ਮੈਟਰ ਨਹੀਂ ਕਰਦਾ। ਅੱਛਾ ਮੈਨੂੰ ਇਹ ਤਾਂ ਦੱਸੋ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ? ਫੈਮਿਲੀ? ਫੈਮਿਲੀ ਤਾਂ ਮੇਰੇ ਸਰ ਦੀ ਬਣੀ ਓ ਨਹੀਂ, ਫੈਮਿਲੀ ਤਾਂ ਹੁਣ ਬਣੂ। ਹੁਣ ਤੱਕ ਤਾਂ ਸਾਡੇ ਇਕੱਲੇ ਨੇ ਚੁੱਲ੍ਹੇ 'ਚ ਫੂਕਾਂ ਮਾਰੀਆਂ ਨੇ। ਅੱਛਾ ਇਹ ਸਭ ਕੁਛ ਛੱਡੋ, ਤੁਸੀਂ ਮੈਨੂੰ ਇਹ ਦੱਸੋ
ਤੁਸੀਂ ਵਿਆਹ ਤੋਂ ਬਾਅਦ ਇਹ ਸਭ ਕੁਝ ਛੱਡ ਦੋਗੇ ਨਾ? ਨਾ 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 ਨਾ, ਇੱਥੇ ਗਲਤੀ ਕਰ ਗਏ ਤੁਸੀਂ। ਜਿਹੜਾ ਖਾਂਦਾ ਜਰਦਾ 100 ਸਾਲ ਨਹੀਂ ਮਰਦਾ। ਨਾਲੇ ਸੱਚ ਇੱਕ ਗੱਲ ਹੋਰ ਹੈ, ਮੈਂ ਤਾਂ ਨਾ ਰਾਤ ਖੁਸ਼ ਹੀ ਬਹਣਾ, ਮੇਰੀ ਤੁਹਾਨੂੰ ਅੱਧੀ ਟੈਨਸ਼ਨ ਨਿਬੜ ਗਈ। ਕਿਵੇਂ? ਚੂੰਡੀ ਰਲਾਉਣ ਦਾ ਕੰਮ ਬਾਹਲਾ ਵੱਡਾ ਨਾ, ਹੁਣ ਰਲਾ ਤੁਸੀਂ ਦਿਆ ਕਰੋ, ਮੈਂ ਮੂੰਹ ਢੱਡ ਲਿਆ ਕਰੂੰ, ਬਹੁਤ ਚੀਜ਼ ਨੇ ਢੱਡ ਲਿਆ ਕਰੋ। ਇਹਦਾ ਲੰਘ ਗਈ ਜੀ। ਓਏ ਐ ਕਿਵੇਂ ਲੰਘ ਗਈ ਯਾਰ, ਤੂੰ ਮੈਂ ਬੈਠਾ ਨਹੀਂ ਫੋਨ ਕਰ ਯਾਰ। ਮੈਂ ਕਰਿਆ ਸੀ ਪਹਿਲਾਂ, ਹੁਣੀ ਸਾਡੇ ਹੁੰਦੇ ਨੇ ਕਿਉਂ ਜਗ੍ਹਾ ਦੀ ਬੈਠਣ ਵਾਸਤੇ। ਮੈਂ ਦੁਬਾਰਾ ਹੀ ਕਰਦਾ ਜੀ ਫੋਨ, ਕੋਈ ਗੱਲ ਨਹੀਂ, ਕਰ ਕਰ ਕਰਦਾ ਜੀ ਮੈਂ ਹੁਣੀ ਕਰ। ਕਹਿੰਦੇ ਸੋਹਣੀ ਤੇ ਖੈਰ ਜੀ, ਉਹ ਸਾਰਾ ਪਿੰਡ ਲੁੱਟ ਕੇ ਲਈ, ਕੱਲ ਥੋੜੀ ਯਾਰ ਉਹ। ਹਾਂ ਹਾਂ ਚਲ ਫਿਰ ਤਾਂ ਕੀ ਕਰ ਸਕਦੇ, ਆਪਾਂ ਲੱਭੋ ਮੇਰੇ ਕਿਤੇ ਤੇ ਜਾਓ। ਯਾਦ ਕੀ ਹੋਇਆ ਸਮਾਨ ਸਾਹਿਬ? ਉਹ ਭਾਈ ਆਪਣੇ ਬੰਦੇ ਫਾਜੀ ਡਾਕਟਰ ਨੇ ਆਈ ਤੇ ਇੱਕ ਅੱਧੇ ਬੰਦੇ ਟੀਕੇ ਲਾ ਗਈ, ਪਤਾ ਨਹੀਂ ਕਦ ਕਦੇ ਟੀਕੇ ਲਾ ਗਈ ਯਾਰ ਉਹ। ਛੋਟੇ ਘਰੇ ਰਾਤ ਦਾ ਰੌਲਾ ਕਹਿੰਦਾ ਪੀ ਜਾਂਦਾ ਹੈ। ਕੋਈ ਰੌਲਾ ਤਾਂ ਮਾਂ ਦਾ ਪਤਾ ਪੱਸਣਾ ਕਿਉਂ, ਕੋਈ ਊਈ ਪਤਾ ਨਹੀਂ ਕੀ ਹੋਊਗਾ, ਮੈਂ ਸਮਾਂ ਕੋਈ ਰੰਗਦਾ ਫਿਰੀ ਜਾਂਦਾ ਉਹ। ਤੂੰ ਬਾਅਦ ਤਾਂ ਮੈਂ ਮੱਛਣ ਉਹ 'ਚੋਂ ਬਰਾਂਡੇ 'ਚ ਫੜ ਕੇ ਲਿਆ। ਚਲੋ ਊਈ ਫਿਰਦਾ ਸੁਣਨੀ ਗੱਲ, ਇੱਕ ਦਿਨ ਹੋਰ ਵੀ ਦੱਸ ਦੇਣਾ, ਖੁਰਕ ਮੇਰੇ ਵੀ ਹੋ ਜਾਂਦੀ ਆ। ਮੈਂ ਪਿੰਡਾਂ ਮੈਂ ਵੀ ਵੱਡੀ ਜਾਂਦਾ ਕੱਲ੍ਹ ਦਾ। ਸਾਰੀ ਸੋਚਣ ਵਾਲੀ ਗੱਲ ਆ, ਕੱਲ੍ਹ ਰਾਤ ਦਾ ਮੈਨੂੰ ਵੀ ਐਂ ਜਿਹਾ ਲੱਗੀ ਜਾਂਦਾ ਵੀ ਜਿਵੇਂ ਸਾਰੀਆਂ ਚਿਚੜੀਆਂ ਲੱਗੀਆਂ ਹੁੰਦੀਆਂ ਨੇ। ਅੱਛਾ, ਹੋਰ ਵੀਡੀਓ ਵਧੀਆ ਲੱਗੀ ਤਾਂ ਵੀਰੇ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਅਤੇ ਆਪਣੇ ਚੈਨਲ ਦੁੱਗਾ ਪ੍ਰੋਡਕਸ਼ਨ ਵੀਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਇਹਨੂੰ ਇੰਸਟਾਗ੍ਰਾਮ 'ਤੇ ਫੋਲੋ ਕਰੋ ਅਤੇ ਫੇਸਬੁੱਕ 'ਤੇ ਜ਼ਰੂਰ ਲਾਈਕ ਕਰੋ ਜੀ ਆਪਣਾ ਪੇਜ। ਥੈਂਕ ਯੂ ਜੀ।